ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਗੁਰਮੀਤ ਕੌਰ, ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਆ ਖੇਤ ਦੇ ਵਿੱਚ, ਜਿਹੜਾ ਤੁਹਾਨੂੰ ਦਿਖ ਹੀ ਰਿਹਾ ਹੋਊਗਾ ਕਿ ਝੋਨੇ ਦੀ ਜਿਹੜੀ ਲਵਾਈ ਦਾ ਜਿਹੜਾ ਸੀਜ਼ਨ ਸ਼ੁਰੂ ਹੋ ਚੁੱਕਿਆ। ਇਹ ਪਨੀਰੀ ਹੈਗੀ, ਕੈਮਰਾ ਨੇੜੇ ਦੀ ਨਿਕਲ। ਇਹ ਜਿਹੜੀ ਪਨੀਰੀ ਹੈਗੀ, ਇਹ ਹੈਗੀ ਹੈਗੀ ਪੂਸ਼ਾ 44। ਇਹ ਪਨੀਰੀ ਆਪਣੀ ਤਿਆਰ ਹੋ ਗਈ। ਤੇ ਇੱਧਰ ਹੈ ਜਿਹੜੀ ਨਾਲ ਹੁੰਦੇ ਝੋਨੇ ਦੀ ਜਿਹੜੀ ਲਵਾਈ ਸ਼ੁਰੂ ਹੋ ਗਈ ਆ। ਦੇਖੋ ਪਨੀਰੀ ਹੈਗੀ ਜਿਹੜੀ, ਇਹ ਇਹਨਾਂ ਦੀ ਇਹ ਤਕਨੀਕ ਆ ਵੀ ਪਨੀਰੀ ਦੀ ਪੱਟ ਕੇ ਇਹਨਾਂ ਨੇ ਗੁੱਟੀਆਂ ਬਣਾ ਕੇ ਖਾਲ ਦੇ ਵਿੱਚ ਸੁੱਟਦੀਆਂ, ਜਿੱਥੇ ਇਹਨਾਂ ਨੇ ਜਾਣੀ ਅੱਗੇ ਜਾ ਕੇ ਇਹ ਪੌਦ ਚਲੀ ਜਾਊ, ਉੱਥੇ ਜਾ ਕੇ ਕੱਢ ਲੈਣਗੇ। ਉਹ ਦੇਖੋ ਅੱਗੇ ਜਾ ਕੇ ਇਹ ਝੋਨਾ ਲਾ ਰਹੇ ਨੇ ਫਰੈਂਡਸ। ਜਿਹੜੇ ਇਹ ਝੋਨਾ ਲਾਉਣ ਵਾਲੀ ਲੇਬਰ ਆ, ਇਹ ਸਾਰੀ ਆਪਣੇ ਪਿੰਡ ਦੀ ਹੋਈ ਹੈ। ਚਲੋ ਉਹਨਾਂ ਦੇ ਕੋਲ ਲੈ ਚੱਲਦੇ ਹਾਂ, ਸਾਨੂੰ ਦੇਖਦੇ ਹਾਂ ਕਿਵੇਂ ਲਾਉਂਦੇ ਨੇ ਝੋਨਾ। ਇਹ ਬੱਚੇ ਖਾਲ 'ਚ ਨਹਾ ਰਹੇ ਨੇ। ਫਰੈਂਡਸ, ਇਹ ਬੱਚੇ ਖਾਲ 'ਚ ਨਹਾ ਰਹੇ ਨੇ, ਇਹਨਾਂ ਨੂੰ ਟਿਊਬਵੈੱਲ 'ਤੇ ਜਿਹੜੀ ਨਹਾਉਣ ਦੀ ਉਹ ਪਰਮਿਸ਼ਨ ਨਹੀਂ ਹੈਗੀ, ਕਿਉਂਕਿ ਟਿਊਬਵੈੱਲ ਦੇ ਵਿੱਚ ਪਤਾ ਨਹੀਂ ਕਦੋਂ ਕਰੰਟ ਆ ਜਾਣਾ। ਸਬਮਰਸੀਬਲ ਮੋਟਰਾਂ ਨੇ ਉਹਦਾ ਕੋਈ ਭਰੋਸਾ ਨਹੀਂ ਕਦੋਂ ਕਰੰਟ ਨੇ ਆ ਜਾਣਾ। ਇਸ ਕਰਕੇ ਤੁਸੀਂ ਵੀ ਆਪਣੇ ਬੱਚਿਆਂ ਦਾ ਬਿਲਕੁਲ ਧਿਆਨ ਰੱਖੋ। ਜਿਹੜਾ ਜੇ ਝੋਨੇ ਦਾ ਸੀਜ਼ਨ ਹੈਗਾ ਉਹ ਸ਼ੁਰੂ ਹੋ ਚੁੱਕਿਆ, ਅਤੇ ਗਰਮੀਆਂ ਦੀਆਂ ਬੱਚਿਆਂ ਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਨੇ, ਆਪਣੇ ਬੱਚਿਆਂ ਦਾ ਪਲੀਜ਼ ਧਿਆਨ ਰੱਖੋ। ਦੇਖੋ ਹੁਣ ਆਪਾਂ ਨੂੰ ਪਤਾ ਹੀ ਹੈ ਫਤਿਹ ਵੀਰ ਦੇ ਨਾਲ ਮੰਦਭਾਗੀ ਘਟਨਾ ਹੋਈ ਹੈ, ਜਿਹੜੀ ਦੁਰਘਟਨਾ ਵਾਪਰ ਗਈ ਹੈ। ਇਸ ਕਰਕੇ ਪਲੀਜ਼ ਆਪਣੇ ਬੱਚਿਆਂ ਦਾ ਧਿਆਨ ਰੱਖੋ, ਸਮਰਸੀਬਲ ਮੋਟਰਾਂ ਤੋਂ, ਪੰਪ ਤੋਂ ਅਤੇ ਟਰੈਕਟਰਾਂ ਤੋਂ ਉਹਨਾਂ ਨੂੰ ਦੂਰ ਰੱਖੋ। ਇਹ ਬੱਚੇ ਨੇ ਤਾਂ ਹੀ ਖਾਲ ਵਿੱਚ ਨਹਾ ਰਹੇ ਨੇ ਤਾਂ ਕਿ ਉੱਧਰ ਨਹੀਂ, ਇਹ ਖੇਲ ਦੇ ਵਿੱਚ ਸਮਰਸੀਬਲ ਮੋਟਰ ਦੇ ਵਿੱਚ ਕਰੰਟ ਆਉਣ ਦੇ ਜਿਹੜਾ ਖਤਰਾ ਹੁੰਦਾ। ਇਸ ਕਰਕੇ ਬੱਚਿਆਂ ਨੂੰ ਉੱਥੇ ਨਹਾਉਣ ਦੀ ਪਰਮਿਸ਼ਨ ਨਹੀਂ, ਇਹ ਖਾਲ ਦੇ ਵਿੱਚ ਨਹਾ ਰਹੇ ਨੇ। ਚਾਹ ਘੱਟ ਕਰਿਆ ਕਰ, ਤੈਨੂੰ ਉਹ ਪੀਏ ਚਾਹ ਬਾਲੀ ਹੈ, ਕੋਈ ਨਾ ਘੱਟ ਕਰਦਿਆ ਕਰਾਂਗੇ। ਬਸ ਇੱਕ ਇੱਕ ਕੱਪ ਕਰਿਆ ਕਰ, ਰੱਖੇ ਜਾਣੇ ਦਾ ਹੈ। ਫਰੈਂਡਸ, ਜਿਹੜਾ ਇਹ ਵਾਹਣ ਇਹਦਾ ਮਤਲਬ ਕਿ ਖੱਤਾ ਕਹਿ ਦਿੰਦੇ ਅਸੀਂ, ਇਹਦਾ ਜਿਹੜਾ ਕੱਦੂ ਆ ਹੋ ਚੁੱਕਿਆ ਹੈਗਾ। ਮੇਰੇ ਕਿਸਾਨ ਵੀਰਾਂ ਨੂੰ ਜਿਹੜੇ ਖੇਤੀ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੂੰ ਕੱਦੂ ਦਾ ਤਾਂ ਪਤਾ ਹੀ ਹੈ, ਪਰ ਜਿਹੜੇ ਮੇਰੇ ਸ਼ਹਿਰੀ ਵਿਊਵਰ ਨੇ ਉਹਨਾਂ ਨੂੰ ਮੈਂ ਦੱਸ ਦਿੰਦੀ ਹਾਂ। ਜਦੋਂ ਇਹਦੇ ਵਿੱਚ ਪਾਣੀ ਪਾ ਕੇ ਉਸ ਤੋਂ ਬਾਅਦ ਇਹਨੂੰ ਟਰੈਕਟਰ ਦੇ ਨਾਲ ਪਿੱਛੇ ਹਲ ਪਾ ਕੇ ਸੌਫਟ ਕਰਿਆ ਜਾਂਦਾ, ਜਿਹੜੀ ਮਿੱਟੀ ਹੈ ਬਿਲਕੁਲ ਸੌਫਟ ਹੋ ਜਾਂਦੀ ਹੈ, ਫਿਰ ਇਹਦੇ ਵਿੱਚ ਇਹ ਝੋਨਾ ਲਗਾਇਆ ਜਾਂਦਾ। ਇਹ ਇਸ ਤਰ੍ਹਾਂ ਦੀ ਗੁੱਟੀ ਇਹਨੂੰ ਖੋਲ੍ਹ ਕੇ ਨਾ, ਫਿਰ ਇਹ ਦੇਖੋ ਗੁੱਟੀ ਇਹਨੂੰ ਖੋਲ੍ਹ ਕੇ ਫਿਰ ਅੰਗੂਠੇ ਦੇ ਨਾਲ ਦੱਬਿਆ ਜਾਂਦਾ। ਇਹ ਜਿਹੜੀ ਪਨੀਰੀ ਇਹਨੂੰ ਅੰਗੂਠੇ ਦੇ ਦੱਬੇ ਨਾਲ ਦੱਬਿਆ ਜਾਂਦਾ, ਇਸ ਤਰ੍ਹਾਂ ਇਹ ਜਿਹੜੀ ਝੋਨੇ ਦੀ ਸਾਡੀ ਲਵਾਈ ਹੁੰਦੀ ਹੈ। ਜਿਹੜਾ ਇਹ ਵਾਲੀ ਸਾਈਡ ਹੈਗੀ, ਇੱਧਰ ਝੋਨਾ ਲੱਗ ਚੁੱਕਿਆ ਹੈਗਾ, ਇਹ ਇੱਕ ਖੱਤੇ ਦੇ ਵਿੱਚ, ਜਿਹੜਾ ਉੱਧਰ ਹੈਗਾ ਉੱਧਰ ਕੱਦੂ ਹੋ ਚੁੱਕਿਆ। ਅਜੇ ਇੱਧਰਲਾ ਜਿਹੜਾ ਆਹ ਵਾਲੀ ਸਾਈਡ ਹੈ, ਇੱਧਰ ਅਜੇ ਪਾਣੀ ਪਾਉਣਾ ਹੈਗਾ, ਕਿਉਂਕਿ ਅੱਜ ਫਸਟ ਟਾਈਮ ਹੈ। ਜਿਹੜੀ 13 ਤਰੀਕ ਨੂੰ ਸਰਕਾਰ ਨੇ ਕਿਹਾ ਸੀ ਵੀ ਲਾਈਟ ਦੇਵਾਂਗੇ, ਹੋ ਸਕਦਾ ਅੱਜ 8 ਘੰਟੇ ਲਾਈਟ ਚੱਲੇ ਜਾਂ 6 ਘੰਟੇ ਚੱਲੇ, ਜਿੰਨੀ ਵੀ ਸਰਕਾਰ ਦੇਊਗੀ। ਪਰ ਕਈ ਦਿਨਾਂ ਤੋਂ ਜਿਹੜੀ ਲਾਈਟ ਸੀਗੀ ਉਹ ਸਿਰਫ 2-2.5 ਘੰਟੇ ਆ ਰਹੀ ਸੀ, ਬਹੁਤ ਮੁਸ਼ਕਲ ਦੇ ਨਾਲ ਇੰਨਾ ਕੁ ਭਰਿਆ ਹੈਗਾ। ਫਰੈਂਡਸ, ਜਦੋਂ ਇਕੱਠਾ ਵਾਹਣ ਭਰਦੇ ਉਦੋਂ ਬਾਅਦ ਲੇਬਰ ਦੀ ਜਿਹੜੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ, ਇਕੱਠੇ ਸਾਰਿਆਂ ਨੂੰ ਕਿਸਾਨ ਵੀਰਾਂ ਨੂੰ ਮੇਰਿਆਂ ਨੂੰ ਲੇਬਰ ਨਹੀਂ ਮਿਲਦੀ ਹੈਗੀ। ਇਸ ਕਰਕੇ ਜਿੰਨੀ ਕਿ ਇਹ ਹਜੇ ਲੇਬਰ ਵਾਲੇ ਵੀ ਫ੍ਰੀ ਸੀ, ਇਹਨਾਂ ਨੇ ਕਿਹਾ ਵੀ ਜਿੰਨਾ ਕੁ ਤੁਹਾਡਾ ਵਾਹਨ ਤਿਆਰ ਆ ਉਨਾ ਕੁ ਅਸੀਂ ਲਾ ਦਿੰਦੇ ਹਾਂਗੇ, ਕਿਉਂਕਿ ਅਸੀਂ ਫ੍ਰੀ ਹਾਂ, ਫਿਰ ਇਹਨਾਂ ਦਾ ਸੀਜ਼ਨ ਵੀ ਸ਼ੁਰੂ ਹੋ ਜੂਗਾ। ਆ ਜਾਓ ਜੀ, ਦਿਖਾਈਏ ਤੁਹਾਨੂੰ ਖੇਤ ਆਪਾਂ ਚੋਂ ਜਿੱਥੇ ਝੋਨੇ ਦੀ ਲਵਾਈ ਸ਼ੁਰੂ ਹੋਈ ਹੈ। ਇੱਧਰ ਵੀ ਟਾਈਮ ਹੈ ਜਿਹੜਾ, ਤਕਰੀਬਨ 11:30 ਹੋ ਚੁੱਕਿਆ। ਧੁੱਪ ਵੀ ਬਹੁਤ ਜ਼ਿਆਦਾ ਤੇਜ਼ ਹੈ, ਕੱਲ੍ਹ ਥੋੜ੍ਹੀ ਬਾਰਿਸ਼ ਹੋਈ ਸੀ, ਮੌਸਮ ਦਾ ਥੋੜ੍ਹਾ ਜਿਹਾ ਤਾਂ ਫਰਕ ਪਿਆ, ਪਰ ਅਜੇ ਵੀ ਗਰਮੀ ਦਾ ਜਿਹੜਾ ਫਰੈਂਡਸ ਬਹੁਤ ਜ਼ਿਆਦਾ ਤੇਜ਼ ਧੁੱਪ ਚੱਲ ਗਈ, ਬਹੁਤ ਜ਼ਿਆਦਾ ਗਰਮੀ ਪੈ ਰਹੀ ਆ। ਜਦ ਤੱਕ ਬਾਰਿਸ਼ ਨਹੀਂ ਹੁੰਦੀ ਉਹਨਾਂ ਦਾ ਟਾਈਮ ਹੈ ਜਿਹੜਾ, ਟੈਂਪਰੇਚਰ ਡਾਊਨ ਨਹੀਂ ਹੁੰਦਾ ਹੈਗਾ। ਜਿਹੜਾ ਹੁਣ ਟੈਂਪਰੇਚਰ ਹੈਗਾ 40 ਤੋਂ ਉੱਪਰ ਦਾ ਟੈਂਪਰੇਚਰ, ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਜਾ ਰਿਹਾ ਹੈਗਾ, ਬਹੁਤ ਜ਼ਿਆਦਾ ਗਰਮੀ ਪੈ ਰਹੀ ਆ।
ਦੇਖੋ ਵਿਚਾਰੀਆਂ ਇੰਨੀ ਗਰਮੀ ਦੇ ਵਿੱਚ ਜਿਹੜਾ ਝੋਨਾ ਲਵਾ ਲਾ ਰਹੀਆਂ ਨੇ ਇੰਨੀਆਂ ਬਹੁਤ ਜ਼ਿਆਦਾ ਗਰਮੀਆਂ ਸ਼ਾਮ ਤੱਕ ਮੈਂ ਇਹਨਾਂ ਨਾਲ ਗੱਲ ਕਰੀਏ ਕਹਿੰਦੇ ਸਾਡੀ ਵੀ ਬਹੁਤ ਜ਼ਿਆਦਾ ਢੂਹੀ ਦਰਦ ਕਰਨ ਲੱਗ ਜਾਂਦੀ ਹੈ ਥੱਲੋਂ ਵੀ ਪਾਣੀ ਵੀ ਜਿਹੜਾ ਜੇ ਹੁਣ ਤਾਜ਼ਾ ਪਾਣੀ ਚੱਲੀ ਜਾਵੇ ਤਾਂ ਠੀਕ ਹੈ ਜੇ ਪਾਣੀ ਖੜ੍ਹਾ ਹੋਵੇ ਤਾਂ ਪਾਣੀ ਵੀ ਗਰਮ ਹੋ ਜਾਣਾ ਜਿਹਨਾਂ ਨਾਲ ਇਹਨਾਂ ਦੇ ਪੈਰ ਵੀ ਖਰਾਬ ਹੋ ਜਾਂਦੇ ਨੇ ਪੂਰਾ ਦਿਨ ਪਾਣੀ ਵਿੱਚ ਰਹਿਣ ਦੀ ਵਜ੍ਹਾ ਕਾਰਨ।